ਇਹ ਨੇ ਐਡਵੋਕੇਟ ਆਰ ਐਸ ਗਿੱਲ, ਜਿਨ੍ਹਾਂ ਬੜੀ ਦਲੇਰੀ ਦੇ ਨਾਲ ਕੈਂਸਰ ਨੂੰ ਮਾਤ ਦੇ ਕੇ ਮੌਤ ਨੂੰ ਪਿੱਛੇ ਛੱਡ ਦਿੱਤਾ। ਇਸ ਜ਼ਿੰਦਾ ਦਿਲ ਇਨਸਾਨ ਦੀ ਦਲੇਰੀ ਦੇ ਵਾਂਗ ਇਸਦੇ ਸ਼ੌਕ ਵੀ ਅਵੱਲੇ ਹੀ ਨੇ। ਮਹਿੰਗੀਆਂ ਗੱਡੀਆਂ ਦੇ ਸ਼ੌਕੀਨ ਗਿੱਲ ਖੁਦ ਜਹਾਜ਼ ਉਡਾ ਹਵਾ 'ਚ ਉਡਾਰੀਆਂ ਵੀ ਮਾਰਦੇ ਰਹੇ ਨੇ। ਤਾਂ ਪੰਜਾਬ ਦਾ ਇਹ ਦਲੇਰ ਜੱਟ ਅੱਜ ਤੁਹਾਨੂੰ ਪੰਜਾਬੀ ਸਟਾਈਲ 'ਚ ਦੱਸੇਗਾ ਕਿ ਕਿਵੇਂ ਉਡਾਇਆ ਜਾਂਦਾ ਹੈ ਜਹਾਜ਼ ਤੇ ਕਿਵੇਂ ਮਾਰੀਆਂ ਜਾਂਦੀਆਂ ਨੇ ਹਵਾ 'ਚ ਉਡਾਰੀਆਂ। ਦੇਖ ਸਕਦੇ ਹੋ ਕਿ ਗਿੱਲ ਸਾਹਿਬ ਨਾਲ ਚਾਰਟਰਡ ਪਲੇਨ 'ਚ ਸਵਾਰ ਹਾਂ। ਇਹ ਹੁਣ ਸਾਨੂੰ ਜਹਾਜ਼ ਉਡਾ ਕੇ ਵੀ ਦੱਸਣਗੇ ਕਿਉਂਕਿ ਇਹ ਪ੍ਰਾਈਵੇਟ ਪਾਇਲਟ ਨੇ, ਇਹਨਾਂ ਕੋਲ ਲਾਇਸੈਂਸ ਵੀ ਹੈ। ਗਿੱਲ ਸਾਹਿਬ ਕੀ ਹੁੰਦਾ ਹੈ, ਕਿਹੜਾ ਜਹਾਜ਼ ਹੈ, ਥੋੜ੍ਹਾ ਜਿਹਾ ਦੱਸ ਦਿਓ। ਦੇਖੋ ਜੀ, ਇਹ ਜਹਾਜ਼ ਦਾ ਨਾਂ ਮੌਲ ਹੈ, ਇਹ 6-ਸੀਟਰ ਪਲੇਨ ਹੈ, ਇਹ ਸਿੰਗਲ ਪ੍ਰੋਪ ਹੈ ਅਤੇ ਆਪਾਂ ਇਹਦੇ ਕੋਕਪਿਟ 'ਚ ਬੈਠੇ ਹਾਂ ਅਤੇ ਇਹਦੇ ਤੁਸੀਂ ਇੰਸਟਰੂਮੈਂਟਸ ਦੇਖੋਗੇ ਕਿ ਇਹਦੇ 'ਚ ਵੇਰੀਅਸ ਕੋਈ ਹਾਈਟ ਦੇ ਹੈ, ਇੱਕ ਵਰਟੀਕਲ ਸਪੀਡ ਦਾ ਹੈ। ਇਹਨਾਂ ਮੋਟੀਆਂ ਜਿਹੜੀਆਂ ਗੱਲਾਂ ਹੈ, ਦੇਖੋ ਇਹ ਤੁਹਾਡੀ ਆਰਟੀਫਿਸ਼ਲ ਹੋਰਾਈਜ਼ਨ ਹੈ ਜਿਹਦੇ ਨਾਲ ਅਸੀਂ ਦੇਖਦੇ ਹਾਂ ਕਿ ਜਹਾਜ਼ ਜਿਹੜਾ ਹੈਗਾ ਇਹ ਉੱਤੇ ਜਾ ਰਿਹਾ ਕਿ ਥੱਲੇ ਜਾ ਰਿਹਾ। ਇਹ ਤੁਹਾਡੀ ਹੈਗੀ ਹੈ ਕਿ ਤੁਸੀਂ ਹਾਈਟ ਦੱਸਦੇ ਹੋ, ਇਹ ਤੁਹਾਡੀਆਂ ਵੇਰੀਅਸ ਕੰਪਸਿਸ ਹੈਗੀਆਂ ਕਿ ਜਿੱਦਾਂ ਟਰਨ ਇੰਡੀਕੇਟਰ ਹੈ ਕਿ ਕਿੰਨਾ ਸਾਡਾ ਜਹਾਜ਼ ਕਿੱਧਰ ਨੂੰ ਟਰਨ ਕਰ ਰਿਹਾ। ਇਹ ਤੁਹਾਡੀ ਸਟਿੱਕ ਹੈ, ਜਿੱਦਾਂ ਤੁਹਾਡਾ ਸਟੇਅਰਿੰਗ ਹੁੰਦਾ, ਇਹਨੂੰ ਜੇ ਤੁਸੀਂ ਅੱਗੇ ਕਰੋਗੇ ਤਾਂ ਜਹਾਜ਼ ਥੱਲੇ ਨੂੰ ਚੱਲ ਜਾਏਗਾ, ਜੇ ਉੱਤੇ ਕਰੋਗੇ ਤਾਂ ਜਹਾਜ਼ ਉੱਤੇ ਨੂੰ ਚੱਲ ਜਾਏਗਾ। ਇਹ ਕਾਰ ਦਾ ਜਿੱਦਾਂ ਐਕਸਲੇਟਰ ਹੁੰਦਾ ਇਹ ਉਹ ਹੈ, ਅਤੇ ਜੇ ਤੁਸੀਂ ਖੱਬੇ ਸੱਜੇ ਇਹਨੂੰ ਜਹਾਜ਼ ਨੂੰ ਲੈ ਕੇ ਜਾਣਾ ਅਤੇ ਇਹਨੂੰ ਵਿੰਗਸ ਨਾ ਕਰਦੇ ਹਾਂ, ਇੱਦਾਂ ਲੈਫਟ ਕਰ ਲਓ ਅਤੇ ਨਾਲ ਰਡਰ ਦੇ ਦਿਓ। ਰਡਰ ਹੈਗਾ ਜਿਹੜਾ ਕਿ ਇਹਦੀ ਟੇਲ ਦੀ ਜਹਾਜ਼ ਨੂੰ ਅੱਗੇ ਪਿੱਛੇ ਕਰਦਾ, ਔਰ ਇਹਦੇ ਉੱਤੇ ਇਹਦੀਆਂ ਬ੍ਰੇਕਾਂ ਲੱਗੀਆਂ। ਹੁਣ ਮੈਂ ਪੈਰ ਦਬਾ ਤੇ ਅਤੇ ਇਹਦੀ ਬ੍ਰੇਕ ਲੱਗ ਗਈ, ਜੇ ਮੈਂ ਇੱਕ ਬ੍ਰੇਕ ਨਪੂੰਗਾ ਤਾਂ ਲੈਫਟ ਹੋ ਜਾਏਗੀ, ਇੱਕ ਹੋਏਗੀ ਤਾਂ ਰਾਈਟ ਹੋ ਜਾਏਗੀ। ਅਤੇ ਇਹਦੇ ਨਾਲ ਹੀ ਉੱਤੇ ਫ੍ਰੀਕੁਐਂਸੀਜ਼ ਲਿਖੀਆਂ ਕਿ ਜਿਹੜਾ ਅਸੀਂ ਰੇਡੀਓ ਹੈ ਜੋ ਲੁਧਿਆਣੇ ਦੀ ਲਹਿਦਾ, ਅੰਮ੍ਰਿਤਸਰ, ਅੰਬਾਲਾ, ਪਹਿਲਾਂ ਸਰਸਾਵਾ, ਦੇਹਰਾਦੂਨ, ਇੱਥੋਂ ਅਸੀਂ ਦੇਖਦੇ ਰਹਿੰਦੇ ਹਾਂ ਅਤੇ ਆਪਣਾ ਰੇਡੀਓ ਸੈੱਟ ਕਰ ਲੈਂਦੇ ਹਾਂ। ਅਤੇ ਨਾਲ ਹੀ ਉਹਨਾਂ ਦੇ ਕੋਆਰਡੀਨੇਟ ਹੈ, ਕੋਆਰਡੀਨੇਟ 'ਤੇ ਅਸੀਂ ਦੱਸ ਦਿੰਦੇ ਹਾਂ ਕਿ ਅਸੀਂ ਇਸ ਕੋਆਰਡੀਨੇਟ 'ਤੇ ਜਾਣਾ, ਇਸ ਡਿਗਰੀ 'ਤੇ ਜਾਣਾ। ਇਹ ਜਿਹੜਾ ਵੀ ਟੀ ਹੈ ਇਹ ਇੰਡੀਆ ਦਾ ਮਾਰਕ ਹੈ, ਇਹਦਾ ਮਤਲਬ ਵਿਕਟਰ ਟੈਂਗੋ। ਇਹ ਸਾਰੇ ਤੁਸੀਂ ਹਿੰਦੁਸਤਾਨ ਦੇ ਜਹਾਜ਼ਾਂ 'ਚ, ਬਾਕੀ ਤਾਂ ਜਿਹਦਾ ਜਹਾਜ਼ ਹੈ ਉਹਦਾ ਅੱਗੇ ਕੋਲ ਸਾਈਨ ਹੁੰਦਾ, ਪਹਿਲਾਂ ਵੀ ਟੀ ਬੋਲਣਾ ਪੈਂਦਾ। ਇਹ ਬਾਕੀ ਇਹਦੇ ਫਲਾਈਟ ਫਿਊਲ ਹੈ, ਕਿੰਨਾ ਇਹਦੇ 'ਚ ਫਿਊਲ ਹੈ, ਤੁਹਾਡੇ ਮੀਟਰ ਲੱਗੇ ਹੈ। ਅਤੇ ਇਹ ਜਿੱਦਾਂ ਇੱਕ ਬਿਲਕੁਲ ਹੀ ਅੱਜ ਕੱਲ੍ਹ ਜਹਾਜ਼ ਜਿਹੜੇ ਸਾਰੇ ਹੈ, ਪੁਰਾਣੇ ਜ਼ਮਾਨੇ ਦੇ ਜਹਾਜ਼ਾਂ 'ਚ ਤਾਂ ਇੱਕ ਦੋ ਚੀਜ਼ਾਂ ਹੁੰਦੀਆਂ ਸੀ, ਸਪੀਡ ਇੰਡੀਕੇਟਰ ਅਤੇ ਐਲਟੀਚਿਊਡ 'ਤੇ ਜਹਾਜ਼ ਉੱਡ ਜਾਂਦਾ ਸੀ, ਪਰ ਅੱਜ ਕੱਲ੍ਹ ਬਿਲਕੁਲ ਕੰਪਲੀਕੇਟਡ ਐਂਡ ਸਿੰਪਲ ਹੈ। ਇਹ ਲਾਲ ਜਿਹੜਾ ਬਟਨ ਹੈ ਇਹਨੂੰ ਦਬਾਈਏ ਅਤੇ ਸਾਡਾ ATC ਨਾਲ ਕੰਟੈਕਟ ਹੋ ਜਾਂਦਾ ਅਤੇ ਉਹਦੇ ਨਾਲ ਇਹਨੂੰ ਦਬਾ ਕੇ ਬੋਲਣਾ, ਫਿਰ ਛੱਡ ਦੇਣਾ ਅਤੇ ਇਸ ਤਰ੍ਹਾਂ ਹੁੰਦਾ। ਅਤੇ ਜਦੋਂ ਇਹ ਸਟਾਰਟ ਕਰਦੇ ਹਾਂ ਸਾਨੂੰ ਇਹਦੀਆਂ ਬ੍ਰੇਕਾਂ ਦਬਾਉਣੀਆਂ ਪੈਂਦੀਆਂ, ਅਤੇ ਇਹਨੂੰ ਸਟਾਰਟ ਕਰਕੇ ਤਾਂ ਫਿਰ ਅਸੀਂ ਜਹਾਜ਼ ਨੂੰ ਟੈਕਸੀ ਕਰਦੇ ਹਾਂ ਅਤੇ ਰਨਵੇ 'ਤੇ ਲੈ ਕੇ ਜਾਂਦੇ ਹਾਂ, ਅਤੇ ਫਿਰ ਫੁੱਲ ਥਰੋਟਲ ਦੇ ਕੇ ਅਸੀਂ ਟੇਕ ਆਫ ਕਰਦੇ ਹਾਂ। ਕਰਾਂਗੇ ਸਟਾਰਟ? ਹਾਂਜੀ, ਇਹਨੂੰ ਆਪਾਂ ਸਟਾਰਟ ਕਰਦੇ ਹਾਂ। ਮੈਂ ਪਹਿਲਾਂ ਬ੍ਰੇਕਾਂ 'ਤੇ ਪੈਰ ਰੱਖੂੰਗਾ, ਫਿਰ ਮੈਂ ਇਹਦਾ ਮਿਕਸਚਰ ਰਿਚ ਕਰੂੰਗਾ, ਠੀਕ ਹੈ ਜੀ? ਫਿਰ ਮੈਂ ਇਹਨੂੰ ਬੈਟਰੀ ਨੂੰ ਔਨ ਕਰੂੰਗਾ, ਫਿਰ ਮੈਂ ਇਹਨੂੰ ਸਟਾਰਟ ਕਰੂੰਗਾ। ਦੇਖ ਸਕਦੇ ਹੋ ਕਿਵੇਂ ਗੱਡੀ ਵਾਂਗ ਚਾਬੀ ਨਾਲ ਸਟਾਰਟ ਹੋ ਗਿਆ, ਔਰ ਇਸ ਤੋਂ ਬਾਅਦ ਇਹਦਾ ਤੁਸੀਂ ਅਗਲਾ ਸਟੈਪ ਕੀ ਹੋਏਗਾ? ਇਹਦਾ ਮੈਂ ਹੁਣ ਥਰੋਟਲ ਹੈ ਜੀ, ਇਹਦੇ 'ਤੇ ਮੈਨੂੰ ਹਮੇਸ਼ਾ ਇੱਕ ਹੱਥ ਰੱਖਣਾ ਪੈਂਦਾ, ਠੀਕ ਹੈ? ਠੀਕ ਹੈ ਜੀ, ਹੁਣ ਮੈਂ ਇਹਦੀਆਂ ਇਹਨੂੰ ਥੋੜ੍ਹਾ ਜਿਹਾ ਐਕਸਲੇਟਰ ਦਊਂਗਾ, ਜਿੱਦਾਂ ਆਪਾਂ ਕਾਰ ਨੂੰ ਤੋਰਨ ਲਈ ਤਾਂ ਬ੍ਰੇਕਾਂ ਤੋਂ ਪੈਰ ਚੱਕ ਲਾਂਗਾ। ਅਤੇ ਜਹਾਜ਼ ਹੈ ਜਿਹੜਾ ਆਪਣਾ ਥੋੜ੍ਹਾ ਥੋੜ੍ਹਾ ਇਹ ਚੱਲ ਪਿਆ, ਪਰ ਇਹਦੀ ਸਪੀਡ ਹੈ ਜਿਹੜੀ ਅਸੀਂ ਬਿਲਕੁਲ ਸਲੋਅ ਰੱਖਦੇ ਹਾਂ, ਕਿਉਂਕਿ ਇਹਦੀ ਸਪੀਡ ਜਿਹੜੀ ਜਹਾਜ਼ ਦੀ ਕਦੀ ਵੀ ਇਹ ਜ਼ਿਆਦਾ ਨਹੀਂ ਰੱਖਦੇ ਅਸੀਂ ਟੈਕਸੀ ਵੇਲੇ। ਜਿੰਨੀ ਦੇਰ ਤੱਕ ਰਨਵੇ 'ਤੇ ਹੈ ਉਹਦੀ ਸਪੀਡ ਕੰਟਰੋਲ ਰੱਖਣੀ ਪਏਗੀ, ਬਿਲਕੁਲ ਕੰਟਰੋਲ, ਔਰ ਕਿਉਂਕਿ ਇੰਜਨ 'ਤੇ ਜ਼ੋਰ ਨਹੀਂ ਡਲਣਾ ਚਾਹੀਦਾ ਥੋੜ੍ਹਾ ਬਹੁਤਾ ਵੀ। ਇਹ ਕਿੰਨਾ ਸਮਾਂ ਲੱਗਦਾ ਹੈ ਇਸ ਚੀਜ਼ ਨੂੰ ਸਿੱਖਣ ਲਈ, ਕਿਵੇਂ ਲਾਇਸੈਂਸ ਮਿਲਦਾ ਹੈ, ਇਹ ਪ੍ਰੋਸੈਸ ਕੀ ਹੈ? ਜਿਹੜੇ ਸਾਡੇ ਦਰਸ਼ਕ ਨਹੀਂ ਜਾਣਦੇ, ਚਾਹਾਂਗਾ ਤੁਸੀਂ ਉਹਨਾਂ ਨੂੰ ਜੀ ਜ਼ਰੂਰ। ਇਹਦੇ ਪਹਿਲਾਂ ਰਿਟਨ ਐਗਜ਼ਾਮ ਦੇਣਾ ਚਾਹੀਦਾ ਹੈ PPL ਲਈ, ਜਿਹੜਾ PPL ਹੈ ਪ੍ਰਾਈਵੇਟ ਪਾਇਲਟ ਲਾਇਸੈਂਸ ਹੈ, ਹੈਂਜੀ, ਅਤੇ ਉਹਦਾ ਤੁਹਾਨੂੰ ਰੱਖਣਾ ਪੈਂਦਾ ਕਿ ਇਮਤਿਹਾਨ ਦੇ ਕੇ, ਫਿਰ ਤੁਹਾਨੂੰ ਫਲਾਇੰਗ ਕਰਨੀ ਪੈਂਦੀ ਹੈ 20 ਘੰਟੇ ਤਾਂ ਇੰਸਟਰਕਟਰ ਦੇ ਨਾਲ ਅਤੇ 20 ਘੰਟੇ ਸੋਲੋ, ਅਤੇ ਇਸ ਕਰਕੇ ਇਸ ਪ੍ਰੋਸੈਸ ਨਾਲ ਇਹ ਰਿਟਨ ਐਗਜ਼ਾਮ ਹੈ
ਜਿਹੜਾ ਕਿ ਤੁਹਾਨੂੰ ਫਿਜ਼ਿਕਸ ਕੈਮਿਸਟਰੀ ਮੈਥਮੈਟਿਕਸ ਜ਼ਰੂਰ ਹੋਣੇ ਚਾਹੀਦੇ ਆ 10th 'ਚ। ਇਹ ਡਰ ਨਹੀਂ ਲੱਗਦਾ ਸੀ ਜਦੋਂ ਤੁਸੀਂ ਪਹਿਲੀ ਵਾਰੀ ਸਿੱਖਿਆ ਹੋਏਗਾ, ਪਹਿਲੀ ਵਾਰੀ ਫਲਾਈ ਕਰਨਾ, ਲੋਕਾਂ ਨੂੰ ਤਾਂ ਪਹਿਲੀ ਵਾਰ ਬੈਠਣ 'ਚ ਡਰ ਲੱਗਦਾ, ਇਹਦੇ ਚਲਾਉਣ 'ਚ ਡਰ ਨਹੀਂ ਲੱਗਦਾ? ਨਹੀਂ, ਕੋਈ ਡਰ ਵਾਲੀ ਗੱਲ ਨਹੀਂ, ਕਿਉਂਕਿ ਇਟ ਇਜ਼ ਸੇਫ ਟੂ ਫਲਾਈ ਐਨ ਐਰੋਪਲੇਨ ਦੈਨ ਟੂ ਡਰਾਈਵ ਏ ਕਾਰ। ਉਹ ਤਾਂ ਬਿਲਕੁਲ ਗੱਲ ਠੀਕ ਹੈ ਤੁਹਾਡੀ ਕਿ ਵਰਲਡ 'ਚ ਮੇਰੇ ਹਿਸਾਬ ਨਾਲ ਜਿੰਨਾ ਸੜਕਾਂ 'ਤੇ ਜਿੰਨਾ ਟ੍ਰੇਨਾਂ ਦੇ ਹਾਦਸੇ ਹੋ ਰਹੇ ਨੇ, ਏਅਰ ਟ੍ਰੈਫਿਕ 'ਚ ਮੇਰੇ ਖਿਆਲ ਨਾਲ 1% ਵੀ ਉੱਦਾਂ ਨਹੀਂ ਹੋ ਰਿਹਾ। ਪਰ ਇਹ ਗੱਲ ਇਹ ਹੈ ਜੀ ਕਿ ਇਟ ਇਜ਼ ਏ ਵੈਨ ਯੂ ਟੈਕਸਿੰਗ ਔਰ ਫਲਾਇੰਗ ਐਨ ਐਰੋਪਲੇਨ ਤੁਹਾਨੂੰ ਬਹੁਤ ਕੌਸ਼ੀਅਸ ਹੋਣਾ ਪੈਂਦਾ ਹੈ। ਬਿਲਕੁਲ, ਇਹ ਹੁਣ ਤੁਸੀਂ ਅਜੇ ਟੈਕਸੀ ਦੇ, ਇਹਨੂੰ ਜਿਹੜਾ ਇਹ 6-ਸੀਟਰ ਪਲੇਨ ਹੈ ਇਹਨੂੰ ਕਿੰਨੀ ਦੇਰ ਕਿੰਨੇ ਮੀਟਰ ਤੱਕ, ਕਿਉਂਕਿ ਵੱਡੇ ਪਲੇਨ ਨੂੰ ਤਾਂ ਕਾਫੀ ਦੇਰ ਰਨਵੇ 'ਤੇ ਰਹਿਣਾ ਪੈਂਦਾ, ਟੈਕਸੀ ਲਈ ਉਹਨੂੰ ਸਮਾਂ ਲੱਗਦਾ? ਐਂਡ ਆਫ ਦੀ ਰਨਵੇ ਤੁਹਾਨੂੰ ਜਾਣਾ ਪੈਂਦਾ, ਅਸੀਂ ਹੁਣ ਐਂਡ 'ਤੇ ਜਾਵਾਂਗੇ ਅਤੇ ਉੱਥੇ ਟੈਕਸੀ ਕਰਕੇ ਫਿਰ ਅਸੀਂ ਹਵਾ ਦੀ ਡਾਇਰੈਕਸ਼ਨ ਦੇਖਦੇ ਹਾਂ, ਫਿਰ ਅਸੀਂ ਉਸ ਹਿਸਾਬ ਨਾਲ ਇਹਨੂੰ ਮੋੜਦੇ ਹਾਂ। ਮੈਂ ਦੇਖ ਰਿਹਾ ਕਿ ਇੱਕ ਆਪਾਂ ਤਾਂ ਇਹੀ ਦੇਖਿਆ ਕਿ ਰਨਵੇ ਇੱਕ ਪੱਕੀ ਸੜਕ ਹੀ ਹੁੰਦੀ ਹੈ, ਕਿ ਇਹੀ ਪਲੇਨ ਹੈ ਜਿਹੜਾ ਇਸ ਤਰ੍ਹਾਂ ਦੀ ਮੈਦਾਨੀ ਗਰਾਊਂਡ 'ਤੇ ਵੀ ਹੈ, ਇਹ ਟੈਕਸੀ ਕਰ ਸਕਦਾ? ਹਾਂ, ਇਹ ਜਿਹੜੀ ਹੈ ਸਾਡਾ ਰਨਵੇ ਹੈ, ਕੱਚਾ ਰਨਵੇ ਹੈ ਜੀ, ਇਹਨੂੰ ਆਪਾਂ ਲੈ ਕੇ ਫਿਰ ਰਨਵੇ ਦੇ ਉੱਤੇ ਇਹਨੂੰ ਲਾਈਨ ਅਪ ਕਹਿੰਦੇ ਹੈ। ਇਹਨੂੰ ਸਪੀਡ ਕਿੰਨੀ ਸਪੀਡ ਇਹਦੀ ਹੋਣੀ ਚਾਹੀਦੀ ਹੈ ਰਨਵੇ ਤੱਕ ਹੀ, ਇਹ ਇੰਨੀ ਸਪੀਡ ਇੱਥੇ ਹੋਏਗੀ? ਕੰਫਰਟੇਬਲ, ਇਟ ਸ਼ੁੱਡ ਬੀ ਲਾਈਕ ਇਨ ਅ ਲੇਮੈਨਸ ਲੈਂਗੁਏਜ, ਇਟ ਸ਼ੁੱਡ ਬੀ ਲਾਈਕ ਵਾਕਿੰਗ ਵੈਰੀ ਸਲੋਲੀ। ਤੁਹਾਨੂੰ ਕਿੰਨਾ ਸਮਾਂ ਲੱਗ ਗਿਆ ਸੀਗਾ, ਕਿੰਨੀ ਦੇਰ ਤੁਸੀਂ ਪਰਫੈਕਟ ਜਿਹੜਾ ਤੁਹਾਨੂੰ ਹੋ ਗਿਆ ਸੀਗਾ ਕੌਨਫੀਡੈਂਸ ਕਿ ਤੁਸੀਂ ਹੁਣ ਫਲਾਈਟ ਜਿਹੜੀ ਹੈ ਇਕੱਲੇ ਲੈ ਸਕਦੇ ਹੋ? ਜੀ, ਕੌਨਫੀਡੈਂਸ ਤੁਹਾਡੇ ਕੌਨਫੀਡੈਂਸ 'ਤੇ ਨਹੀਂ ਡਿਪੈਂਡ ਕਰਦਾ, ਇਹ ਤੁਹਾਡੇ ਨਾਲ ਇੰਸਟ੍ਰਕਟਰ ਹੁੰਦਾ ਹੈ ਜਿਹੜਾ ਕਿ ਤੁਹਾਡੇ ਨਾਲ ਡਿਸਾਈਡ ਕਰਦਾ ਹੈ ਕਿ ਤੁਸੀਂ ਸੋਲੋ ਜਾ ਸਕਦੇ ਹੋ ਕਿ ਨਹੀਂ ਜਾ ਸਕਦੇ। ਇਹ ਤੁਸੀਂ ਹੁਣ ਫਿਰ ਇੱਦਾਂ ਸ਼ੌਂਕੀਆ ਤੌਰ 'ਤੇ ਵੀ ਫਲਾਈਟ ਲੈਂਦੇ ਰਹਿੰਦੇ ਹੋ ਜਦੋਂ ਦਿੱਲੀ ਹੁੰਦੇ ਹੋ? ਮੇਰਾ ਦਿਲ ਕਰ ਰਿਹਾ ਵੀ ਯਾਰ ਚੱਲ ਮੈਂ ਜਹਾਜ਼ ਦੀ ਇੱਕ ਗੇੜੀ ਲਾ ਕੇ ਆਉਂਦਾ। ਲੋਕ ਗੱਡੀ ਦੇ ਮੋਟਰਸਾਈਕਲ 'ਤੇ ਗੇੜੀਆਂ ਲਾਉਂਦੇ, ਤੁਸੀਂ ਜਹਾਜ਼ 'ਤੇ ਗੇੜੀਆਂ ਲਾਉਂਦੇ? ਫਿਰ ਦੇਖੋ, ਇਹ ਜਿਹੜਾ ਦਿੱਲੀ ਹੈ ਇੱਥੇ ਤਾਂ ਕੋਈ ਵੀ ਫਲਾਇੰਗ ਕਲੱਬ ਨਹੀਂ ਹੈ, ਅਤੇ ਜਿੱਥੇ ਸਾਨੂੰ ਮੌਕਾ ਜਦੋਂ ਮੈਂ ਅਬਰੋਡ ਜਾਂਦਾ ਜਾਂ ਕਿਤੇ ਜਾਂਦਾ ਤਾਂ ਫਿਰ ਮੈਂ ਆਈ ਟਰਾਈ ਟੂ ਫਲਾਈ ਗੇੜੀਆਂ ਲਾਉਂਦੇ। ਫਿਰ ਹਾਂ, ਫਿਰ ਨਾਲ ਜਿੱਦਾਂ ਗੱਡੀ 'ਚ ਗਾਣੇ ਗੁਣੇ ਸੁਣੀਦੇ, ਇਹਦੇ ਜਹਾਜ਼ 'ਚ ਵੀ ਮੌਕਾ ਮਿਲਦਾ ਕਿ ਮੈਂ ਗਾਣੇ ਵੀ ਸੁਣ ਸਕਦਾ ਹਾਂ, ਜਾਂ ATC ਦੇ ਨਾਲ ਤੁਹਾਨੂੰ ਸੰਪਰਕ ਰੱਖਣਾ ਪੈਂਦਾ ਤੁਸੀਂ ਕੁਝ? ਇਹਦੇ 'ਚ ਗਾਣੇ ਨਹੀਂ, ਯੂ ਹੈਵ ਟੂ ਬੀ ਵੈਰੀ ਕੌਸ਼ੀਅਸ ਕਿ ਵੈਨ ਯੂ ਆਰ ਡੂਇੰਗ ਐਨੀਥਿੰਗ। ਹੁਣ ਆਪਾਂ ਚਾਹਾਂਗੇ ਕਿ ਆਪਾਂ ਇੱਕ ਫਲਾਈਟ ਲੈ ਲੈਂਦੇ ਹਾਂ। ਮੈਂ ਆਪਣੇ ਦਰਸ਼ਕਾਂ ਨੂੰ ਜਿਹੜੇ ਦੇਖ ਰਹੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਕਿ ਫਲਾਈਟ ਪਲੇਨ ਜਹਾਜ਼ ਕਿਵੇਂ ਉੱਡਦਾ ਹੈ, ਪੰਜਾਬ ਦੇ ਵਕੀਲ ਜਿਨ੍ਹਾਂ ਨੇ ਦਿੱਲੀ 'ਚ ਜਾ ਕੇ ਪੰਜਾਬ ਦਾ ਨਾਮ ਰੋਸ਼ਨ ਕਰ ਰਹੇ ਨੇ ਕੈਂਸਰ ਵਰਗੀ ਬਿਮਾਰੀ ਨਾਲ ਲੜੇ, ਇਹ ਤੁਹਾਨੂੰ ਇਹਨਾਂ ਦੇ ਸ਼ੌਂਕ ਅਵੱਲੇ ਸ਼ੌਂਕ ਆਪਾਂ ਦੱਸ ਰਹੇ ਹਾਂ ਕਿ ਇਹਨਾਂ ਨੂੰ ਜਹਾਜ਼ ਉਡਾਉਣ ਦਾ ਸ਼ੌਂਕ ਹੈ, ਰਿਮੋਟ ਵਾਲੇ ਜਹਾਜ਼ ਤੋਂ ਲੈ ਕੇ ਅਸਲੀ ਜਹਾਜ਼ ਉਡਾਉਂਦੇ ਨੇ। ਹੁਣ ਅਸੀਂ ਇੱਕ ਫਲਾਈਟ ਲੈ ਕੇ ਇਹਨਾਂ ਨਾਲ ਸਫ਼ਰ ਕਰਕੇ ਆਉਂਦੇ ਹਾਂ, ਫਿਰ ਤੁਹਾਨੂੰ ਵਾਪਸ ਮਿਲਦੇ ਹਾਂ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬ੍ਰਾਮਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਆਲ ਵਰਲਡ ਓਪਨ ਚੈਲੰਜ 17 ਟਾਈਮ ਗੋਲਡ ਮੈਡਲਿਸਟ ਮੀਆਂ ਰਫੀਕ ਮੁਹੰਮਦ, ਪੰਡਿਤ ਮੌਲਵੀ ਬੇਗਮ ਤਾਂਤਰਿਕ, ਇਹਨਾਂ ਚੋਰਾ ਠੱਗਾਂ ਤੋਂ ਸਾਵਧਾਨ, ਸਪੈਸ਼ਲਿਸਟ ਵਸ਼ੀਕਰਨ, ਸੱਟਾ ਨੰਬਰ, ਲਵ ਮੈਰਿਜ, ਪਤੀ ਪਤਨੀ 'ਚ ਅਨਬਨ, ਵਿਦੇਸ਼ 'ਚ ਪੱਕਾ ਹੋਣਾ, ਕਾਰੋਬਾਰ ਦਾ ਨਾ ਚੱਲਣਾ, ਸਿਰਫ 31 ਘੰਟਿਆਂ 'ਚ ਸਮਾਧਾਨ, ਫ੍ਰੀ 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 ਮੀਆਂ ਰਫੀਕ ਮੁਹੰਮਦ, ਮੋਬਾਈਲ 84374 94648, 84374 94648।